वेलकम टू माई चैनल। आई होप तुसीं सारे ठीक होंगे। अज की वीडियो में मैं थोड़े शेयर कर जा रही हाँ मोस्ट अफोर्डेबल मेकअप प्रोडक्ट। हाँ जी, अज की वीडियो में मैं शेयर करांगी अफोर्डेबल मेकअप किट जो कि होगी अंडर 100 रुपी के अंदर। सो आप बहुत ही अफोर्डेबल रेट के अपनी फुल मेकअप किट बना सकते हाँ। सो फेस्टिव सीजन चल रहा है, तीज का त्यौहार चल रहा है एंड राखी आ रही है एंड बहुत सारे होर बहुत त्यौहार आ रहे हैं। सो फेस्टिव सीजन के लिए आप अफोर्डेबल मेकअप के नाल बहुत वधिया मेकअप लुक बना सकते हाँ। सो मैं थोड़े नाल अफोर्डेबल मेकअप किट शेयर कर जा रही हाँ। पर वीडियो स्टार्ट करने तो पहले अगर तुम मेरे चैनल पर न्यू आए हो तो चैनल में सबसक्राइब कर दियो ਅਤੇ ਨਾਲ ਜੋ ਬੈਲ ਆਈਕਨ ਦਾ ਬਟਨ ਉਹ ਵੀ ਪ੍ਰੈਸ ਕਰ ਦਿਓ ਕਿਉਂਕਿ ਇਸ ਦੇ ਨਾਲ ਜੋ ਮੇਰੇ ਆਉਣ ਵਾਲੀਆਂ ਹੋਰ ਵੀਡੀਓ ਹਨ ਉਹਨਾਂ ਦੀ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲ ਜਾਵੇਗੀ। ਚਲੋ ਸਟਾਰਟ ਕਰਦੇ ਹਾਂ ਵਾਲੀ ਵੀਡੀਓ ਐਂਡ ਜੋ ਫੁੱਲ ਫੇਸ ਮੇਕਅਪ ਪ੍ਰੋਡਕਟ ਅੰਡਰ ਰੁਪੀ 100 ਦੇ ਅੰਦਰ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਉਹ ਹਨ ਇਹ ਵਾਲੇ ਸਾਰੇ ਮੇਕਅਪ ਪ੍ਰੋਡਕਟ। ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਪ੍ਰੋਡਕਟ ਹਨ, ਇਹ ਸਾਰੇ ਮੇਕਅਪ ਪ੍ਰੋਡਕਟ ਅੰਡਰ 100 ਰੁਪੀ ਦੇ ਹੀ ਹਨ। ਸੋ ਚਲੋ ਸਟਾਰਟ ਕਰਦੇ ਹਾਂ ਕਿ ਮੇਕਅਪ ਦੇ ਫਸਟ ਸਟੈਪ ਤੋਂ ਲੈ ਕੇ ਸਕਿਨ ਕੇਅਰ ਤੋਂ ਲੈ ਕੇ ਆਪਾਂ ਮੇਕਅਪ ਫਿਕਸਰ ਤੱਕ ਕਿਹੜੇ ਕਿਹੜੇ ਅਫੋਰਡੇਬਲ ਪ੍ਰੋਡਕਟ ਆਪਣੀ ਮੇਕਅਪ ਕਿੱਟ ਵਿੱਚ ਰੱਖ ਸਕਦੇ ਹੋ ਉਹ ਵੀ ਅੰਡਰ 100 ਰੁਪੀ ਦੇ ਅੰਡਰ। ਸੋ ਇਹਨਾਂ ਸਾਰੇ ਪ੍ਰੋਡਕਟਾਂ ਵਿੱਚੋਂ 1x1 ਪ੍ਰੋਡਕਟ ਤੁਹਾਨੂੰ ਸ਼ੇਅਰ ਕਰਾਂਗੀ। ਸੇ ਆਪਸ਼ਨ ਵੀ ਹੋਣਗੇ ਕਿ ਆਪਾਂ ਅਗਰ ਓਲੀ ਸਕਿਨ ਡਰਾਈ ਸਕਿਨ ਹੈ ਤਾਂ ਆਪਾਂ ਕਿਹੜੇ ਕਿਹੜੇ ਪ੍ਰੋਡਕਟ ਰੱਖ ਸਕਦੇ ਹਾਂ। ਚਲੋ ਸਟਾਰਟ ਕਰਦੇ ਹਾਂ। ਸੋ ਮੇਕਅਪ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਆਪਣੇ ਫੇਸ ਨੂੰ ਵਾਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਫੇਸ ਵਾਸ਼ ਤੋਂ ਸਟਾਰਟ ਕਰਾਂਗੀ। ਸੋ ਇੱਥੇ ਇਹ ਵਾਲਾ ਹੈ ਫੇਸ ਵਾਸ਼, ਪਤੰਜਲੀ ਰੋਜ਼ ਫੇਸ ਵਾਸ਼ ਐਂਡ ਕਾਫੀ ਅਫੋਰਡੇਬਲ ਹੈ ਐਂਡ ਆਪਾਂ ਨੂੰ 45 ਰੁਪੀ ਵਿੱਚ ਮਿਲ ਜਾਵੇਗਾ ਐਂਡ 60 ਗ੍ਰਾਮ ਇਸਦੀ ਕੁਆਂਟਿਟੀ ਹੈ। ਸੋ 45 ਰੁਪੀ ਵਿੱਚ ਆਪਾਂ ਨੂੰ 60 ਗ੍ਰਾਮ ਇਹ ਵਾਲਾ ਫੇਸ ਵਾਸ਼ ਮਿਲ ਜਾਵੇਗਾ। ਸੋ ਸਭ ਤੋਂ ਪਹਿਲਾਂ ਆਪਾਂ ਫੇਸ ਵਾਸ਼ ਆਪਣੀ ਕਿੱਟ ਵਿੱਚ ਰੱਖ ਲਵਾਂਗੇ ਅਫੋਰਡੇਬਲ ਇਸ ਤਰ੍ਹਾਂ ਦੇ। ਅਗਰ ਆਪਾਂ ਸਕ੍ਰਬਿੰਗ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਸਕ੍ਰੱਬ ਦੇ ਲਈ ਇੱਥੇ ਲੈ ਸਕਦੇ ਹਾਂ ਐਵਰਜੂ ਦਾ ਪਿਓਰ ਐਂਡ ਲਾਈਟ ਟੈਨ ਰਿਮੂਵਰ ਸਕ੍ਰੱਬ। ਸੋ ਸਮਰ ਦੇ ਲਈ ਵੀ ਇਹ ਸਕ੍ਰੱਬ ਕਾਫੀ ਵਧੀਆ ਹੈ ਐਂਡ ਓਨਲੀ ਆਪਾਂ ਨੂੰ 85 ਰੁਪੀ ਵਿੱਚ ਮਿਲ ਜਾਵੇਗਾ। ਸੋ ਅੰਡਰ 100 ਰੁਪੀ ਦੇ ਅੰਦਰ ਸੋ ਕਾਫੀ ਵਧੀਆ ਸਕ੍ਰੱਬ ਹੈ ਇਹ। ਸੋ ਇਸ ਤਰ੍ਹਾਂ ਦਾ ਸਕ੍ਰੱਬ ਆਪਾਂ ਆਪਣੀ ਕਿੱਟ ਦੇ ਵਿੱਚ ਰੱਖ ਸਕਦੇ ਹਾਂ। ਸੋ ਦੋਨੋਂ ਹੀ ਸੀਜ਼ਨ ਸਮਰ ਐਂਡ ਵਿੰਟਰ ਦੇ ਵਿੱਚ ਕਾਫੀ ਵਧੀਆ ਹੈ। ਸੋ ਕਲਿੰਜਿੰਗ ਦੇ ਆਪਾਂ ਰੱਖ ਸਕਦੇ ਹਾਂ ਬਲੂ ਹੈਵਨ ਦਾ ਕਲਿੰਜਿੰਗ ਮਿਲਕ। ਸੋ ਇਹ ਆਪਾਂ ਨੂੰ 125 ml ਮਿਲ ਜਾਵੇਗਾ ਓਨਲੀ 90 ਰੁਪੀ ਵਿੱਚ। ਸੋ ਅੰਡਰ 100 ਰੁਪੀ ਦੇ ਅੰਦਰ ਆਪਾਂ ਨੂੰ ਇਹ ਕਲਿੰਜਿੰਗ ਮਿਲਕ ਮਿਲ ਜਾਵੇਗਾ। ਸੋ ਇਸ ਦਿਨ ਆਪਾਂ ਆਪਣੇ ਫੇਸ ਨੂੰ ਕਲੀਨ ਵੀ ਕਰ ਸਕਦੇ ਹਾਂ। ਫੇਸ ਵਾਸ਼ ਤੋਂ ਬਾਅਦ ਆਪਾਂ ਡਾਇਰੈਕਟ ਆਪਣੇ ਫੇਸ ਨੂੰ ਇਸ ਕਲਿੰਜਿੰਗ ਮਿਲਕ ਨਾਲ ਕਲੀਨ ਕਰ ਸਕਦੇ ਹਾਂ ਐਂਡ ਆਪਣੇ ਮੇਕਅਪ ਨੂੰ ਰਿਮੂਵ ਕਰਨ ਦੇ ਲਈ ਵੀ ਆਪਾਂ ਮੇਕਅਪ ਰਿਮੂਵਰ ਵਜੋਂ ਵੀ ਇਸ ਕਲਿੰਜਿੰਗ ਮਿਲਕ ਨੂੰ ਅਪਲਾਈ ਕਰ ਸਕਦੇ ਹਾਂ। ਸੋ ਇਹ ਬਲੂ ਹੈਵਨ ਦਾ ਕਲਿੰਜਿੰਗ ਮਿਲਕ ਆਪਾਂ ਨੂੰ ਮਿਲ ਜਾਵੇਗਾ 90 ਰੁਪੀ ਵਿੱਚ। ਸੋ ਇਸ ਨੂੰ ਵੀ ਆਪਾਂ ਆਪਣੀ ਕਿੱਟ ਵਿੱਚ ਰੱਖ ਸਕਦੇ ਹਾਂ। ਸੋ ਇਹ ਜੋ ਕਲਿੰਜਿੰਗ ਮਿਲਕ ਹੈ ਡਰਾਈ ਸਕਿਨ ਲਈ ਵੀ ਵਧੀਆ, ਸੈਂਸਿਟਿਵ ਸਕਿਨ ਲਈ ਵੀ ਵਧੀਆ ਹੈ। ਸੋ ਹੱਥ ਨਾਲ ਸਕਿਨ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਹਾਂ। ਸੋ ਟੋਨਰ ਦੇ ਲਈ ਇੱਥੇ ਆਪਾਂ ਅਫੋਰਡੇਬਲ ਰੇਂਜ ਵਿੱਚ ਆਪਣੀ ਕਿੱਟ ਵਿੱਚ ਰੱਖ ਸਕਦੇ ਹਾਂ ਯੂਰ ਦਾ ਟੋਨਰ। ਇਹ ਆਪਾਂ ਨੂੰ ਓਨਲੀ 60 ਰੁਪੀ ਵਿੱਚ ਮਿਲ ਜਾਵੇਗਾ ਐਂਡ 100 ml ਇਸ ਦੀ 100 ml ਇਸ ਦੀ ਕੁਆਂਟਿਟੀ ਹੈ। ਸੋ ਬੋਟਲ ਵੀ ਦੇਖ ਸਕਦੇ ਹੋ ਕਾਫੀ ਬੜੀ ਹੈ ਐਂਡ ਇਸ ਨੂੰ ਆਪਾਂ ਟੋਨਰ ਵਜੋਂ ਅਪਲਾਈ ਕਰ ਸਕਦੇ ਹਾਂ ਆਪਣੇ ਫੇਸ 'ਤੇ। ਆਪਾਂ ਜਦੋਂ ਆਪਾਂ ਆਪਣਾ ਮੇਕਅਪ ਸਟਾਰਟ ਕਰਦੇ ਹਾਂ ਫੇਸ ਵਾਸ਼ ਕਰਨ ਤੋਂ ਬਾਅਦ ਆਪਾਂ ਡਾਇਰੈਕਟ ਇਸ ਟੋਨਰ ਨੂੰ ਅਪਲਾਈ ਕਰ ਲਵਾਂਗੇ। ਕੋਟਨ 'ਤੇ ਲੈ ਕੇ ਵੀ ਅਪਲਾਈ ਕਰ ਸਕਦੇ ਹਾਂ ਜਾਂ ਡਾਇਰੈਕਟ ਆਪਣੇ ਫਿੰਗਰ ਹੈਂਡ 'ਤੇ ਲੈ ਕੇ ਵੀ ਪ੍ਰੈਸ ਕਰਕੇ ਅਪਲਾਈ ਕਰ ਸਕਦੇ ਹਾਂ। ਸੋ ਇਹ ਆਪਾਂ 60 ਰੁਪਏ ਵਿੱਚ ਮਿਲ ਜਾਵੇਗਾ ਐਂਡ ਇਸ ਨੂੰ ਆਪਾਂ ਮੇਕਅਪ ਰਿਮੂਵਰ ਵਜੋਂ ਵੀ ਕਰ ਸਕਦੇ ਹਾਂ ਐਂਡ ਸੈਕੰਡ ਆਪਸ਼ਨ ਹੈ ਟੋਨਰ ਦੇ ਵਿੱਚ ਵੀ ਰੋਜ਼ ਵਾਟਰ ਨੂੰ ਆਪਾਂ ਟੋਨਰ ਵਜੋਂ ਅਪਲਾਈ ਕਰ ਸਕਦੇ ਹਾਂ। ਸੋ ਇਹ ਬਲੂ ਹੈਵਨ ਦਾ ਰੋਜ਼ ਵਾਟਰ ਹੈ ਐਂਡ ਇਹ 125 ml ਆਪਾਂ ਨੂੰ ਮਿਲ ਜਾਵੇਗਾ ਓਨਲੀ 70 ਰੁਪਏ ਵਿੱਚ। ਸੋ ਅੰਡਰ 100 ਰੁਪਏ ਦੇ ਅੰਦਰ ਹੈ ਇਹ ਵਾਲਾ ਰੋਜ਼ ਵਾਟਰ। ਸੋ ਟੋਨਰ ਦੇ ਲਈ ਆਪਾਂ ਰੋਜ਼ ਵਾਟਰ ਐਂਡ ਯੂਰ ਦਾ ਟੋਨਰ ਦੋਨਾਂ ਵਿੱਚੋਂ ਕੋਈ ਵੀ ਅਫੋਰਡੇਬਲ ਆਪਣੀ ਕਿੱਟ ਵਿੱਚ ਰੱਖ ਸਕਦੇ ਹਾਂ। ਦੈਨ ਜੋ ਮੇਕਅਪ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਉਹ ਹੈ ਮੋਇਸਚਰਾਈਜ਼ਰ। ਸੋ ਮੋਇਸਚਰਾਈਜ਼ਰ ਕਾਫੀ ਵਧੀਆ ਹੋਣਾ ਚਾਹੀਦਾ ਹੈ ਆਪਣਾ। ਸੋ ਅਫੋਰਡੇਬਲ ਰੇਟ ਦੇ ਵਿੱਚ ਵਧੀਆ ਮੋਇਸਚਰਾਈਜ਼ਰ ਹਨ। ਇੱਕ ਤਾਂ ਹੈ ਨੀਵੀਆ ਦਾ ਮੋਇਸਚਰਾਈਜ਼ਰ ਜੋ ਕਾਫੀ ਅਫੋਰਡੇਬਲ ਵੀ ਹੈ ਐਂਡ ਕਾਫੀ ਵਧੀਆ ਵੀ ਹੈ। ਸੋ ਅੰਡਰ 100 ਰੁਪਏ ਦੇ ਅੰਦਰ ਆਪਾਂ ਨੂੰ ਇਹ ਵਾਲਾ ਮੋਇਸਚਰਾਈਜ਼ਰ ਮਿਲ ਜਾਏਗਾ। ਅਗਰ ਆਪਣੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ ਤਾਂ ਉਸ ਦੇ ਲਈ ਵੀ ਇਹ ਵਧੀਆ ਹੈ ਐਂਡ ਓਇਲੀ ਸਕਿਨ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਹਨ। ਸੋ ਆਲ ਟਾਈਪ ਸਕਿਨ ਵਾਲਿਆਂ ਦੇ ਲਈ ਨੀਵੀਆ ਦਾ ਮੋਇਸਚਰਾਈਜ਼ਰ ਕਾਫੀ ਵਧੀਆ ਹੈ ਐਂਡ ਇਸ ਤੋਂ ਇਲਾਵਾ ਅਗਰ ਆਪਾਂ ਲੈਕਮੇ ਪੀਚ ਮਿਲਕ ਮੋਇਸਚਰਾਈਜ਼ਰ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਇਹ ਵੀ ਅਪਲਾਈ ਕਰ ਸਕਦੇ ਹਾਂ। ਸੋ ਇਹ ਵੀ ਕਾਫੀ ਵਧੀਆ ਹੈ, ਲਾਈਟ ਵੇਟ ਹੈ, 24 ਆਵਰ ਨੋਨ ਸਟਿੱਕੀ ਹੈ। ਸੋ ਇਸ ਦੀ ਵੀ ਆਪਾਂ ਨੂੰ ਸਮਾਲ ਬੋਟਲ ਅੰਡਰ 100 ਰੁਪਏ ਦੇ ਅੰਦਰ ਮਿਲ ਜਾਵੇਗੀ। ਇਸਦਾ ਟੈਕਸਚਰ ਵੀ ਕਾਫੀ ਵਧੀਆ ਹੈ। ਸੋ ਇੱਕ ਲੋਸ਼ਨ ਦੀ ਤਰ੍ਹਾਂ ਹੈ ਜੋ ਲੈਕਮੇ ਪੀਚ ਮਿਲਕ ਮੋਇਸਚਰਾਈਜ਼ਰ ਕਿਉਂਕਿ ਇਹ ਲਾਈਟ ਵੇਟ ਹੈ। ਸੋ ਨੀਵੀਆ ਵੀ ਆਪਾਂ ਐਡ ਕਰ ਸਕਦੇ ਹਾਂ ਆਪਣੀ ਕਿੱਟ ਵਿੱਚ ਜਾਂ ਇਸ ਲੈਕਮੇ ਪੀਚ ਮਿਲਕ ਨੂੰ ਵੀ। ਇਸ ਤੋਂ ਇਲਾਵਾ ਅਗਰ ਆਪਾਂ ਬਾਇਓਟਿਕ ਦਾ ਮੋਇਸਚਰਾਈਜ਼ਰ ਲੈਣਾ ਚਾਹੁੰਦੇ ਹਾਂ ਇਹ ਵੀ ਆਪਾਂ ਨੂੰ ਅੰਡਰ 100 ਰੁਪਏ ਦੇ ਅੰਦਰ ਮਿਲ ਜਾਵੇਗਾ। ਸੋ ਇਹ ਆਪਾਂ ਨੂੰ 99 100 ਰੁਪਏ ਦੇ ਅੰਡਰ ਹੀ ਮਿਲ ਜਾਵੇਗਾ। ਸੋ ਇਹ ਬਾਇਓਟਿਕ ਦਾ ਮੋਇਸਚਰਾਈਜ਼ਰ ਹੈ ਐਂਡ ਕੋਲਡ ਕਰੀਮ ਦੀ ਤਰ੍ਹਾਂ ਹੈ। ਸੋ ਆਲ ਸਕਿਨ ਟਾਈਪ ਹੈ ਇਹ ਵਾਲਾ ਵੀ। ਸੋ ਜੋ ਵੀ ਮੋਇਸਚਰਾਈਜ਼ਰ ਆਪਾਂ ਆਪਣੀ ਕਿੱਟ ਵਿੱਚ ਰੱਖਣਾ ਚਾਹੁੰਦੇ ਹਾਂ ਰੱਖ ਸਕਦੇ ਹਾਂ, ਸਾਰੇ ਅਫੋਰਡੇਬਲ ਹਨ ਐਂਡ ਅੰਡਰ 100 ਰੁਪਏ ਦੇ ਅੰਦਰ ਹੀ ਹਨ।
ਸੋ ਲਿਪ ਕੇਅਰ ਦੇ ਲਈ ਆਪਾਂ ਮਾਰਸ ਦੀ ਲਿਪ ਬਾਮ ਵੀ ਲੈ ਸਕਦੇ ਹਾਂ 20 rupees ਵਿੱਚ ਮਿਲ ਜਾਵੇਗੀ, ਜਾਂ ਆਪਾਂ ਵੈਸਲੀਨ ਵੀ ਲੈ ਸਕਦੇ ਹਾਂ, ਇਹ ਆਪਾਂ 20, 40, 50 ਜਿਸ ਤਰ੍ਹਾਂ ਆਪਾਂ ਇਸਦਾ ਬੋਕਸ ਚਾਹੁੰਦੇ ਹਾਂ ਸਾਈਜ਼ ਵਿੱਚ ਉਸ ਤਰ੍ਹਾਂ ਮਿਲ ਜਾਵੇਗੀ। ਸੋ ਲਿਪ ਕੇਅਰ ਦੇ ਅਫੋਰਡੇਬਲ ਪ੍ਰੋਡਕਟ ਵੀ ਆਪਾਂ ਆਪਣੇ ਕਿੱਟ ਦੇ ਵਿੱਚ ਰੱਖ ਸਕਦੇ ਹਾਂ। ਸੋ ਆਪਾਂ 10-20 rupees ਤੱਕ ਇਸ ਤਰ੍ਹਾਂ ਦੇ ਲਿਪ ਬਾਮ ਮਿਲ ਜਾਣਗੀਆਂ। ਸੋ ਸਮਰ ਦੇ ਵਿੱਚ ਸਨਸਕ੍ਰੀਨ ਵੀ ਅਪਲਾਈ ਕਰਨਾ ਮੇਕਅਪ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ। ਸੋ ਅਫੋਰਡੇਬਲ ਸਨਸਕ੍ਰੀਨ ਦੇ ਲਈ ਇੱਥੇ ਆਪਾਂ ਆਪਣੀ ਕਿੱਟ ਵਿੱਚ ਐਡ ਕਰ ਸਕਦੇ ਹਾਂ ਜੁਆਏ ਦਾ ਸਨਸਕ੍ਰੀਨ। ਸੋ ਇਹ ਬੋਡੀ ਲੋਸ਼ਨ ਵੀ ਐਂਡ ਸਨਸਕ੍ਰੀਨ ਦਾ ਵੀ ਕੰਮ ਕਰਦਾ ਹੈ। ਸੋ ਇਹ ਆਪਾਂ ਨੂੰ 40 ml ਆਪਾਂ ਨੂੰ 40 rupees ਦੇ ਵਿੱਚ ਹੀ ਮਿਲ ਜਾਵੇਗਾ। ਇਸਦਾ ਟੈਕਸਚਰ ਵੀ ਕਾਫੀ ਵਧੀਆ ਹੈ ਐਂਡ ਕੁਆਲਿਟੀ ਵੀ ਕਾਫੀ ਵਧੀਆ ਹੈ। ਸੋ ਇਸ ਨੂੰ ਆਪਾਂ ਪੂਰੀ ਬੋਡੀ ਤੇ ਵੀ ਅਪਲਾਈ ਕਰ ਸਕਦੇ ਹਾਂ, ਬੋਡੀ ਲੋਸ਼ਨ ਦੀ ਤਰ੍ਹਾਂ ਹੀ ਹੈ ਐਂਡ ਸਨਸਕ੍ਰੀਨ ਵਜੋਂ ਵੀ ਇਸ ਨੂੰ ਆਪਾਂ ਅਪਲਾਈ ਕਰ ਸਕਦੇ ਹਾਂ। ਇਸ ਤੇ ਲਿਖਿਆ ਵੀ ਹੋਇਆ ਹੈ ਨੈਚੁਰਲ ਸਨਸਕ੍ਰੀਨ। ਸੋ ਕਾਫੀ ਵਧੀਆ ਹੈ ਇਹ ਵਾਲਾ ਜੁਆਏ ਦਾ ਸਨਸਕ੍ਰੀਨ। ਸੋ ਅਫੋਰਡੇਬਲ ਰੇਟ ਦੇ ਵਿੱਚ ਇਸ ਨੂੰ ਆਪਾਂ ਆਪਣੀ ਕਿੱਟ ਵਿੱਚ ਐਡ ਕਰ ਸਕਦੇ ਹਾਂ। ਪ੍ਰਾਈਮਰ, ਸੋ ਪ੍ਰਾਈਮਰ ਲਈ ਇੱਥੇ ਆਪਾਂ ਅਫੋਰਡੇਬਲ ਰੇਟ ਵਿੱਚ ਐਲੋਵੇਰਾ ਜੈੱਲ ਆਪਣੀ ਕਿੱਟ ਵਿੱਚ ਰੱਖ ਸਕਦੇ ਹਾਂ। ਸੋ ਇਸ ਤਰ੍ਹਾਂ ਦੀ ਟਿਊਬ ਆਪਾਂ ਨੂੰ 60 rupees ਤੱਕ ਮਿਲ ਜਾਵੇਗੀ। ਸੋ ਜੋ 50 ml ਹੈ ਐਂਡ 60 rupees ਵਿੱਚ ਆਪਾਂ ਨੂੰ ਮਿਲ ਜਾਵੇਗੀ। ਸੋ ਜੋ ਐਲੋਵੇਰਾ ਜੈੱਲ ਹੈ ਆਪਣੀ ਸਕਿਨ ਨੂੰ ਬਹੁਤ ਹੀ ਸੌਫਟ ਅਤੇ ਮੁਲਾਇਮ ਬਣਾ ਦਿੰਦੀ ਹੈ ਐਂਡ ਓਪਨ ਪੋਰਸ ਨੂੰ ਫਿਲ ਕਰ ਦਿੰਦੀ ਹੈ। ਸੋ ਇਸ ਨੂੰ ਆਪਾਂ ਆਪਣੇ ਫੇਸ ਦੇ ਪ੍ਰਾਈਮਰ ਵਜੋਂ ਅਪਲਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸੈਕਿੰਡ ਆਪਸ਼ਨ ਹੈ ਕਿ ਆਪਾਂ ਇਸ ਤਰ੍ਹਾਂ ਦੇ ਜੈੱਲ ਬੇਸ ਪ੍ਰਾਈਮਰ ਵੀ ਲੈ ਸਕਦੇ ਹਾਂ ਅਗਰ ਅਫੋਰਡੇਬਲ ਰੇਂਜ ਵਿੱਚ ਲੈਣਾ ਚਾਹੁੰਦੇ ਹਾਂ। ਇਹ ਆਪਾਂ ਨੂੰ 50, 60 ਜਾਂ 70 rupees ਤੱਕ ਈਜ਼ੀਲੀ ਆਪਾਂ ਨੂੰ ਹਰ ਇੱਕ ਵੈਬਸਾਈਟ 'ਤੇ ਮਿਲ ਜਾਣਗੇ। ਸੋ ਆਪਾਂ ਐਲੋਵੇਰਾ ਜੈੱਲ ਵੀ ਰੱਖ ਸਕਦੇ ਹਾਂ ਪ੍ਰਾਈਮਰ ਵਜੋਂ ਐਂਡ ਇਸ ਤਰ੍ਹਾਂ ਦੇ ਪ੍ਰਾਈਮਰ ਵੀ ਰੱਖ ਸਕਦੇ ਹਾਂ ਵਾਈਟ ਜੈੱਲ ਵਾਲੇ ਵੀ। ਸੋ ਇਹ ਵੀ ਕਾਫੀ ਅਫੋਰਡੇਬਲ ਹਨ। ਪ੍ਰਾਈਮਰ ਤੋਂ ਬਾਅਦ ਮੇਨ ਸਟੈਪ ਹੈ ਫਾਊਂਡੇਸ਼ਨ ਦਾ। ਪਰ ਫਾਊਂਡੇਸ਼ਨ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਨੂੰ ਸਕਿਨ ਨੂੰ ਕਰੈਕਟ ਵੀ ਕਰਨਾ ਹੁੰਦਾ ਹੈ ਆਪਣੇ ਫੇਸ 'ਤੇ। ਕਈ ਵਾਰ ਬਹੁਤ ਸਾਰੇ ਪ੍ਰੋਬਲਮ ਹੁੰਦੇ ਹਨ, ਪਿੰਪਲ ਨਿਸ਼ਾਨ ਹੁੰਦੇ ਹਨ, ਸੋ ਕਾਫੀ ਡਾਰਕ ਏਰੀਆ ਹੁੰਦਾ ਹੈ। ਸੋ ਉਸਨੂੰ ਕਵਰ ਕਰਨ ਦੇ ਆਪਾਂ ਨੂੰ ਕੰਸੀਲਰ ਦੀ ਜ਼ਰੂਰਤ ਹੁੰਦੀ ਹੈ। ਸੋ ਕੰਸੀਲਰ ਦੇ ਲਈ ਇੱਥੇ ਬਹੁਤ ਹੀ ਅਫੋਰਡੇਬਲ ਕੰਸੀਲ ਪੈਲਟ ਲੈ ਰਹੀ ਹਾਂ। ਇਹ ਕਿਸ ਬਿਊਟੀ ਦੀ ਕੰਟੋਰ ਐਂਡ ਕੰਸੀਲ ਹਾਈਲਾਈਟ ਪੈਲਟ। ਸੋ ਇਹ ਆਪਾਂ ਨੂੰ ਮੋਸਟਲੀ 110 rupees ਤੱਕ ਈਜ਼ੀਲੀ ਮਿਲ ਜਾਵੇਗੀ। ਸੋ ਇਸ ਦੇ ਵਿੱਚ ਸਾਰੇ ਸ਼ੇਡ ਹਨ ਆਪਾਂ ਦੇਖ ਸਕਦੇ ਹਾਂ। ਸੋ ਇਸ ਦੇ ਵਿੱਚ ਔਰਜ ਕਰੈਕਟਰ ਵੀ ਹੈ ਅਗਰ ਆਪਾਂ ਆਪਣੇ ਫੇਸ ਨੂੰ ਕਰੈਕਟ ਕਰਨਾ ਚਾਹੁੰਦੇ ਹਾਂ, ਆਪਣੇ ਪਿੰਪਲ ਦੇ ਨਿਸ਼ਾਨ ਹਨ, ਡਾਰਕ ਸਰਕਲ ਹਨ, ਤਾਂ ਆਪਾਂ ਔਰਜ ਕਰੈਕਟ ਅਪਲਾਈ ਕਰ ਲਵਾਂਗੇ। ਦੈਨ ਕੰਟੋਰਿੰਗ ਵੀ ਇਸ ਦੇ ਵਿੱਚ ਹੀ ਕਰ ਲਵਾਂਗੇ ਐਂਡ ਜੋ ਇਸ ਵਿੱਚ ਬਾਕੀ ਸ਼ੇਡ ਹਨ ਉਹਨੂੰ ਆਪਾਂ ਕੰਸੀਲਰ ਵਜੋਂ, ਅਗਰ ਆਪਾਂ ਕੰਸੀਲਰ ਦੇ ਨਾਲ ਆਪਣੇ ਡਾਰਕ ਸਰਕਲ ਛੁਪਾਉਣਾ ਚਾਹੁੰਦੇ ਹਾਂ ਤਾਂ ਆਪਾਂ ਡਾਰਕ ਸ਼ੇਡ ਲੈ ਲਵਾਂਗੇ। ਅਗਰ ਫਾਊਂਡੇਸ਼ਨ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਇਸ ਕਿੱਟ ਵਿੱਚ ਆਪਾਂ ਫਾਊਂਡੇਸ਼ਨ ਵੀ ਅਪਲਾਈ ਕਰ ਸਕਦੇ ਹਾਂ ਜੋ ਸ਼ੇਡ ਆਪਣੀ ਸਕਿਨ ਨਾਲ ਮੈਚ ਕਰਦਾ ਹੈ ਐਂਡ ਜੋ ਜੈਲ ਸ਼ੇਡ ਹੈ ਉਸਨੂੰ ਆਪਾਂ ਹਾਈਲਾਈਟਿੰਗ ਲਈ ਵਰਤ ਸਕਦੇ ਹਾਂ। ਸੋ ਇਸ ਇੱਕ ਪੈਲਟ ਦੇ ਨਾਲ ਆਪਾਂ ਆਪਣੇ ਫੇਸ ਦਾ ਹਾਫ ਮੇਕਅਪ ਕਰ ਸਕਦੇ ਹਾਂ। ਸੋ ਅਗਰ ਆਪਾਂ ਅਫੋਰਡੇਬਲ ਮੇਕਅਪ ਕਿੱਟ ਵਿੱਚ ਇਹ ਕਿਸ ਬਿਊਟੀ ਦੀ ਕੰਸੀਲ ਪੈਲਟ ਰੱਖ ਲਵਾਂਗੇ ਤਾਂ ਆਪਣਾ ਮੇਕਅਪ ਕਾਫੀ ਅਫੋਰਡੇਬਲ ਬਣ ਜਾਵੇਗਾ, ਕਿਉਂਕਿ ਆਪਾਂ ਨੂੰ ਔਰੇਂਜ ਕਰੈਕਟਰ ਵੀ ਲੈਣ ਦੀ ਲੋੜ ਨਹੀਂ ਐਂਡ ਕੋਈ ਡਾਰਕ ਕੰਸੀਲਰ ਵੀ ਲੈਣ ਦੀ ਲੋੜ ਨਹੀਂ ਐਂਡ ਹਾਈਲਾਈਟਿੰਗ ਦੇ ਲਈ ਲਾਈਟ ਕੰਸੀਲਰ ਵੀ ਆਪਾਂ ਨੂੰ ਇਸ ਵਿੱਚੋਂ ਹੀ ਮਿਲ ਜਾਵੇਗਾ। ਸੋ ਕੰਟੋਰਿੰਗ ਵੀ ਆਪਾਂ ਨੂੰ ਲੈਣ ਦੀ ਲੋੜ ਨਹੀਂ, ਸੋ ਕੰਟੋਰਿੰਗ ਲਈ ਵੀ ਆਪਾਂ ਇਸ ਪੈਲਟ ਵਿੱਚੋਂ ਹੀ ਕੰਟੋਰਿੰਗ ਸ਼ੇਡ ਅਪਲਾਈ ਕਰ ਲਵਾਂਗੇ। ਸੋ ਇਹ ਕਾਫੀ ਅਫੋਰਡੇਬਲ ਹੈ। ਸੋ ਕਿਸ ਬਿਊਟੀ ਦੀ ਕੰਸੀਲ ਪੈਲਟ ਅਗਰ ਆਪਾਂ ਅਫੋਰਡੇਬਲ ਮੇਕਅਪ ਕਿੱਟ ਬਣਾਉਣਾ ਚਾਹੁੰਦੇ ਹਾਂ ਤਾਂ ਉਸਦੇ ਵਿੱਚ ਇਹ ਰੱਖ ਲਵਾਂਗੇ ਤਾਂ ਆਪਣੀ ਕਿੱਟ ਪਰਫੈਕਟ ਹੋ ਜਾਵੇਗੀ। ਸੋ ਫੇਸ ਨੂੰ ਕਰੈਕਟ ਐਂਡ ਕੰਸੀਲ ਕਰਨ ਤੋਂ ਬਾਅਦ ਜੋ ਨੈਕਸਟ ਸਟੈਪ ਆਉਂਦਾ ਹੈ ਉਹ ਹੈ ਫਾਊਂਡੇਸ਼ਨ। ਸੋ ਫਾਊਂਡੇਸ਼ਨ ਅਫੋਰਡੇਬਲ ਫਾਊਂਡੇਸ਼ਨ ਲਈ ਆਪਾਂ ਕਿਹੜੇ ਫਾਊਂਡੇਸ਼ਨ ਲਈਏ, ਉਹ ਵੀ ਅੰਡਰ 100 rupees ਦੇ ਅੰਡਰ। ਸੋ ਸਭ ਤੋਂ ਪਹਿਲਾਂ ਹੈ LA18 ਦਾ ਇਹ ਵਾਲਾ ਫਾਊਂਡੇਸ਼ਨ, ਇਹ ਆਪਾਂ ਨੂੰ 100 rupees ਵਿੱਚ ਹੀ ਮਿਲ ਜਾਵੇਗਾ, ਨਾ ਇਸ ਤੋਂ ਘੱਟ ਨਾ ਇਸ ਤੋਂ ਵੱਧ। ਸੋ 100 rupees ਦੇ ਅੰਡਰ ਆਪਾਂ ਨੂੰ ਮਿਲ ਜਾਵੇਗਾ। ਕਾਫੀ ਵਧੀਆ ਫਾਊਂਡੇਸ਼ਨ ਹੈ। ਸੋ ਅਗਰ ਆਪਣੀ ਡਰਾਈ ਸਕਿਨ ਹੈ ਉਸਦੇ ਲਈ ਵੀ ਵਧੀਆ ਹੈ, ਓਇਲੀ ਸਕਿਨ ਲਈ ਵੀ ਇਹ ਵਧੀਆ ਹੈ। ਸੋ ਆਲ ਸਕਿਨ ਵਾਲੇ ਇਸਨੂੰ ਅਪਲਾਈ ਕਰ ਸਕਦੇ ਹਾਂ। ਸੋ ਇਸ ਤੋਂ ਇਲਾਵਾ ਆਪਸ਼ਨ ਹੈ ਅਗਰ ਆਪਾਂ ਬੀਬੀ ਕਰੀਮ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਬਲੂ ਹੈਵਨ ਦੀ ਬੀਬੀ ਕਰੀਮ ਅਪਲਾਈ ਕਰ ਸਕਦੇ ਹਾਂ। ਸੋ ਇਹ ਆਪਾਂ ਨੂੰ ਅੰਡਰ 100 rupees ਦੇ ਅੰਦਰ ਮਿਲ ਜਾਵੇਗੀ। ਇਹ PA++++ ਹੈ। ਸੋ ਮਲਟੀ ਵਿਟਾਮਿਨ ਹਨ ਇਸ ਦੇ ਵਿੱਚ। ਸੋ ਕਾਫੀ ਵਧੀਆ ਹੈ ਬਲੂ ਹੈਵਨ ਦੀ ਬੀਬੀ ਕਰੀਮ। ਸੋ ਅਫੋਰਡੇਬਲ ਹੈ। ਇਸ ਤੋਂ ਇਲਾਵਾ ਅਗਰ ਆਪਾਂ ਕੋਈ ਫਾਊਂਡੇਸ਼ਨ ਸਟਿੱਕ ਵਰਤਣੀ ਚਾਹੁੰਦੇ ਹਾਂ ਤਾਂ ਉਹ ਵੀ ਆਪਾਂ 100 rupees ਵਿੱਚ ਲੈ ਸਕਦੇ ਹਾਂ। ਇਹ ਵੀ ਬਲੂ ਹੈਵਨ ਦੀ ਫਾਊਂਡੇਸ਼ਨ ਸਟਿੱਕ ਹੈ। ਇਸ ਤਰ੍ਹਾਂ ਦੀ ਫਾਊਂਡੇਸ਼ਨ ਸਟਿੱਕ ਦੀ ਕੁਆਂਟਿਟੀ ਵੀ ਦੇ ਸਕਦੇ ਹਾਂ, ਕਾਫੀ ਜ਼ਿਆਦਾ ਹੁੰਦੀ ਹੈ। ਸੋ ਅੰਡਰ 100 rupees ਦੇ ਅੰਦਰ ਆਪਾਂ ਇਸ ਤਰ੍ਹਾਂ ਦੀ ਸਟਿੱਕ ਵੀ ਲੈ ਸਕਦੇ ਹਾਂ ਫਾਊਂਡੇਸ਼ਨ ਲਈ, ਜਿਨ੍ਹਾਂ ਦੀ ਸਕਿਨ ਥੋੜ੍ਹੀ ਡਰਾਈ ਹੈ ਤਾਂ ਉਹ ਵੀ ਇਸ ਨੂੰ ਅਪਲਾਈ ਕਰ ਸਕਦੇ ਹਨ। ਸੋ ਕਾਫੀ ਵਧੀਆ ਹੈ ਅਗਰ ਆਪਾਂ ਅਫੋਰਡੇਬਲ ਮੇਕਅਪ ਕਿੱਟ ਵਿੱਚ ਇਸ ਤਰ੍ਹਾਂ ਦੇ ਫਾਊਂਡੇਸ਼ਨ ਰੱਖਣਾ ਚਾਹੁੰਦੇ ਹਾਂ ਤਾਂ ਉਹ ਵੀ ਰੱਖ ਸਕਦੇ ਹਾਂ। ਸੋ ਫਾਊਂਡੇਸ਼ਨ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਅੰਡਰ 100 rupees ਦੇ ਅੰਡਰ ਇਹਨਾਂ ਵਿੱਚੋਂ ਕੋਈ ਫਾਊਂਡੇਸ਼ਨ ਵੀ ਰੱਖ ਸਕਦੇ ਹਾਂ, ਬੀਬੀ ਕਰੀਮ ਵੀ ਰੱਖ ਸਕਦੇ ਹਾਂ ਐਂਡ ਫਾਊਂਡੇਸ਼ਨ ਸਟਿੱਕ ਵੀ ਆਪਾਂ ਆਪਣੀ ਕਿੱਟ ਦੇ ਵਿੱਚ ਰੱਖ ਸਕਦੇ ਹਾਂ। ਸੋ 3 options ਹਨ ਆਪਣੇ ਕੋਲ, ਜਿਸ ਤਰ੍ਹਾਂ ਆਪਾਂ ਨੂੰ ਪਸੰਦ ਹੈ ਆਪਾਂ ਆਪਣੀ ਸਕਿਨ 'ਤੇ ਆਪਾਂ ਨੂੰ ਅਪਲਾਈ ਕਰਨਾ ਈਜ਼ੀ ਲੱਗਦਾ ਹੈ ਕੋਈ ਬੀਬੀ ਕਰੀਮ ਫਾਊਂਡੇਸ਼ਨ ਜਾਂ ਸਟਿੱਕ ਤਾਂ ਆਪਣੀ ਮੇਕਅਪ ਕਿੱਟ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹਾਂ। ਐਂਡ ਫਾਊਂਡੇਸ਼ਨ ਤੋਂ ਬਾਅਦ ਜੋ ਆਪਣੀ ਮੇਕਅਪ ਕਿੱਟ ਵਿੱਚ ਆਪਾਂ ਨੂੰ ਚਾਹੀਦਾ ਹੈ ਕੰਪੈਕਟ ਪਾਊਡਰ ਐਂਡ ਲੂਜ਼ ਪਾਊਡਰ। ਸੋ ਉਸਦੇ ਲਈ ਆਪਾਂ ਅਫੋਰਡੇਬਲ ਰੇਟ ਦੇ ਵਿੱਚ ਪੌਂਡਸ ਦਾ
लूज पाउडर भी रख सकते हैं, यह वाइट कलर का, इस अपने फेस के बेकिंग वगैरह भी कर सकते हैं। जैसे इस तो अलावा आप इस तरह के कंपैक्ट पाउडर भी अपनी किट में रख सकते हैं, आपको अंडर 100 रुपी के अंदर मिल जाएंगे। जिस तरह यह है हुडा ब्यूटी का 2-in-1 कंपैक्ट है, एंड ये वाला हुडा ब्यूटी का स्किन मॉइस्चराइजर प्रेसिंग पाउडर है, एंड इस तरह के स्किन मॉइस्चराइजर प्रेसिंग पाउडर भी आप रख सकते हैं, ये भी अफोर्डेबल रेट में अपन मिल जाएंगे। इन की क्वालिटी भी जो ठीक ठाक है, नहीं तो आप जो हिमालय का बेबी पाउडर है वो भी अप्लाई कर सकते हैं, एंड पॉन्ड्स का लूज पाउडर है ये भी काफ़ी वधिया है। सो ये भी आप अपनी किट के चैक कर सकते हैं। सो आपको यह समॉल बोतल जो 10 रुपी में भी मिल सकती है, एंड जो बड़ी है 50-60 रुपी तक भी मिल जाएगी। सो फेस मेकअप के लिए अफोर्डेबल प्रोडक्ट हो गए, फाउंडेशन हो गया, एंड कंपैक्ट भी हो गया। दैन उस तो बाद जो अपनी किट में मोस्ट आपको चाहिए है वह है आई शेडो पैलेट। सो अफोर्डेबल आई शेडो पैलेट जिते मैं लै रही हाँ ये वाली आई शेडो पैलेट जो काफ़ी अफोर्डेबल हैं। सो इस तरह के आई शेडो पैलेट आपू शॉपसी मीशो से 90 रुपी तक मिल जाएंगे। सो अंडर 100 रुपी के अंदर ये वाली आई शेडो मिल जाएंगे। सो इस तरह नहीं कि इन्हें क्वालिटी बहुत घटिया है, सो क्वालिटी इन्हें बहुत ज़्यादा वधिया है, पर रेट बहुत ही अफोर्डेबल है। सो ओपन करते देख सकते हैं कि आई शेडो पैलेट इस तरह की हैं, इन्हों हर तरह के कलर हैं। सो आप पार्टी वराई लुक भी बना सकते हैं। सो ग्लिटरी शिमरी शेड भी हैं, इन मैट कलर भी हैं। सो जो दूसरी आई शेडो पैलेट है भी न्यूड आई शेडो पैलेट इस तरह की है। सो दोनों का प्राइस सेम है, सो काफ़ी वधिया वर्क है इस आई शेडो पैलेट का। सो इन्हों भी आप अपनी किट में ऐड कर सकते हैं, एंड आई शेडो अपलाई करने बाद जो आई मेकअप तो बाद बारी आती है काजल। सो काजल से आप 18 का काजल ले सकते हैं, आपको 100 रुपी तक मिल जाएगा। इस अलावा ब्लू हैवन का काजल भी ले सकते हैं, सो भी आपको 50-60 रुपी तक मिल जाएगा। सो इस अलावा 10 रुपी का काजल भी है, वह भी काफ़ी अफोर्डेबल है, पर जो 18 का काजल है आपको इसकी क्वालिटी भी वधिया है, एंड डीप ब्लैक ये वाला काजल। सो आपको अफोर्डेबल रेट में भी मिल जाएगा ये 100 रुपी तक। सो इस भी आप अपनी किट में रख सकते हैं, एंड दैन आईब्रो फिल करने के लिए इस तरह दियाँ 10-20 रुपी के भी आप आईब्रो पेंसिल ले सकते हैं। सो जो स्विस ब्यूटी की आईब्रो पेंसिल है, एंड ये है ADS की आईब्रो पेंसिल। सो ये आपको 10 रुपी एंड 20 रुपी मिल जाएगी। सो इन भी आप काफ़ी वधिया तरीके अपनी आईब्रो फिल कर सकते हैं। अगर आप थोड़ी वधिया आईब्रो पेंसिल लेनी चाहते हैं, दैन आप ब्लू हैवन इनसाइड एंड स्विस ब्यूटी की ये वाली आईब्रो पेंसिल ले सकते हैं, ये आपको अंडर 100 रुपी के अंदर मिल जाएगी। सो इन भी आप अपनी किट में ऐड कर सकते हैं, ज इस तरह दी 10-20 रुपी की आईब्रो पेंसिल भी आप अपनी किट में ऐड कर सकते हैं। सो काफ़ी वधिया तरीका है, इस भी आईब्रो फिल होंगी है। एंड दैन आईलाइनर के लिए इतने मेरे को है ब्लू हैवन का ये वाला आईलाइनर, ये आपको 50-60 रुपी तक मिल जाएगा। सो काफ़ी वधिया क्वालिटी इस आईलाइनर की। इस तो अलावा अगर आप स्कैच आईलाइनर लेना चाहते हाँ तो इस तरह स्कैच आईलाइनर भी ले सकते हैं। सो बिगनर के लिए ये आईलाइनर काफ़ी वधिया है। सो 50 रुपी तक आप इस तरह के आईलाइनर मिल जाएंगे, एंड दैन इस अलावा आप इस तरह के कलरफुल लाइनर भी ले सकते हैं। साइड के भी आपको 60-70 रुपी तक इस तरह के लाइनर मिल जाएंगे। सो आप ब्लैक भी ले सकते हैं, सो ये ग्रीन है। सो लाइनर भी आप इस तरह अफोर्डेबल रेट में अपनी किट में ऐड कर सकते हैं। सो मस्कारे के लिए इतने मेरे को है ये वाला डेजल मस्कारा। सो ये काफ़ी अफोर्डेबल है वैसे तो, नहीं तो आप ब्लू हैवन का जो 100 रुपी का मस्कारा होता है वो भी ले सकते हैं। सो ये भी आपूँ अफोर्डेबल रेट में मिल जाएगा, नहीं तो आप जो ब्लू हैवन का मस्कारा है वो भी आप ले सकते हैं, वो भी काफ़ी वधिया है एंड अफोर्डेबल है, तो आप अपनी मेकअप किट में उसको ऐड कर सकते हैं। फेस मेकअप रह गया है ब्लशर हाईलाइटर। सो हाईलाइटर के लिए इनसाइड के इस तरह के हाईलाइटर ले सकते हैं। सो आपको अंडर 100 रुपी तक मिल जाएगा ये वाला हाईलाइटर। सो जो इसकी क्वालिटी है काफ़ी वधिया है, हाईलाइटर दे सकते हो। सो इन्हों हाईलाइटर भी आप अपनी किट में ऐड कर सकते हैं। सो अपनी आई से आई शेडो वजू भी अपलाई कर सकते हैं, एंड हाईलाइटर लिए भी इसे काफ़ी शेड में अवेलेबल हैं। सो गोल्डन सिल्वर जो भी आप लेना चाहते हैं ले सकते हैं। सो काफ़ी अफोर्डेबल हैं ये वाले हाईलाइटर। एंड दैन ब्लशर के लिए आप नॉर्मल ही जो अपनी लिपस्टिक होंगी उन्होंने ब्लशर वजू अपलाई कर लवेंगे, दैन अफोर्डेबल अपना ब्लशर बन जाएगा। जो इस तरह के आई शेडो पैलेट हैं इन्हों भी जो पिंक कलर हों उन्होंने आप अपने ब्लशर वजो अपलाई कर सकते हैं। जिस तरह पिंक कलर हैं इस तरह आप ब्रशर वजो अपलाई कर सकते हैं। जो 100 रुपी के ब्लशर आते हैं मेरे को इस टाइम नहीं, सो मैं थोनों मैनशन कर दिनी हाँ कि आप वाला ब्लशर भी ले सकते हैं। सो ये आप 100 रुपी तक मिल जाएंगे। सो इस भी आप अपनी किट में ऐड कर सकते हैं। मेकअप मेन रह गया है लिपस्टिक। सो लिपस्टिक तो पहले आप लिप लाइनर भी अपनी किट में ऐड कर सकते हैं। सो जो लिप लाइनर आप 10 रुपी तो लैके 20
30 रुपये तक मिल जाएंगे। जो स्विस बूटी का लिप लाइनर है वो भी 20 रुपये तक मिल जाएगा। सो इस तरह के लिप लाइनर भी आप अपनी किट में ऐड कर सकते हैं, 50 रुपये तक आप जी मिल जाएंगे। सो लिपस्टिक दे जो मेरी मोस्ट फेवरेट है अंडर 100 रुपये अंडर वो है इनसाइड द लिपस्टिक। सो आप काफ़ी शेड में मिल जाएंगे। सो इस तरह नॉन ट्रांसफर लिप कलर है एंड काफ़ी वधिया क्वालिटी है इसकी। सो ये काफ़ी शेड में आप लै सकते हैं। सो अंडर 100 रुपये अंडर आप इस लिपस्टिक अपनी किट में ऐड कर सकते हैं। जिले 18 इस तरह के लिपस्टिक भी कई शेड मिल जाएगियाँ वो भी आप लै सकते हैं, भी अंडर 100 रुपये अंडर है। ज ब्लू हैवन की लिपस्टिक भी आपको अंडर 100 रुपये अंडर मिल जाएगियाँ। सो अपनी चॉइस के अकॉर्डिंग आप लिपस्टिक शेड लै सकते हाँ। सो काफ़ी अफोर्डेबल रेट में आपको ये वाली लिपस्टिक मिल जाएगियाँ। सो इन्हों अपनी किट में ऐड कर सकते हाँ। सारे मेकअप प्रोडक्ट जो अपनी किट में होने चाहिए हैं वो सारे ऐड हो गए हैं, वो भी अंडर 100 रुपये के अंडर। सो स्किन केयर तो लैके फेस वॉश तो लैके फुल फेस मेकअप प्रोडक्ट अपने किट में आ गए हैं। दैन जो लास्ट रह गया है मेकअप फिक्सर। सो मेकअप फिक्सर ये वाला जो है मेकअप फिक्सर है एलोवेरा मेकअप फिक्सर है विद विटामिन ई है। सो इस दी भी क्वालिटी काफ़ी वधिया है, आपको शॉप से मीशो पर मिल जाएगा। जा जो ADS मेकअप फिक्सर है वो भी आपको अफोर्डेबल रेट मिल जाएगा, आप भी ले सकते हाँ। सो इन्हें मेकअप फिक्सर का वर्क भी बढ़िया है। सो अफोर्डेबल रेट के आप वाला मेकअप फिक्सर भी ले सकते हैं। सो जो सारे मेकअप प्रोडक्ट्स हैं जो मैं किट में थोड़ा पहला दिखाए सन, सो वन बाय वन करके मैं सारे थोड़ा शेयर कर दिए हैं। सो सारे मेकअप प्रोडक्ट हैं अंडर 100 रुपये के अंडर हैं। सो इन सारे प्रोडक्ट को ऐड करके आप अपनी मेकअप किट बना सकते हैं। सो जो फेस्टिव सीजन आ रहा है मैरिज फंक्शन से आप अपने मेकअप लुक बना सकते हैं। सो इन प्रोडक्टों के नाल आप काफ़ी वधिया मेकअप कर सकते हैं। सो जरूरी नहीं है कि जो मेकअप प्रोडक्ट हैं काफ़ी महंगे हो, महंगे मेकअप प्रोडक्ट अफोर्ड नहीं कर सकते, दैन आप 100 रुपये के अंडर भी वधिया मेकअप लुक बना सकते हैं। सो इस तरह आप अपने फुल फेस मेकअप किट अंडर 100 रुपये के अंडर तैयार कर सकते हैं, जो भी प्रोडक्ट है उन्होंने ऐड करके। सो आई थिंक ये वीडियो थोड़ी हेल्पफुल रही होगी। सो वीडियो हेल्पफुल लगी हो वीडियो लाइक करो, चैनल सबसक्राइब करो। मैं नैक्सट वीडियो में, बाय बाय।